ਪੁਲਿਸ ਨੇ ਫੜ ਲਿਆ ਖੜੱਪਾ ਸਾਹਿਬ। ਗਰੀਬ ਬੰਦੇ ਦਾ ਖਾ ਗਿਆ ਲੱਖਾਂ ਰੁਪਇਆ। ਜਿਸਨੇ ਵੀ ਦੇਖਿਆ ਰਹਿ ਗਿਆ ਹੈਰਾਨ। ਕੀ ਤੁਸੀਂ ਕਦੇ ਅਜਿਹੇ ਸੱਪ ਬਾਰੇ ਸੁਣਿਆ ਜਾਂ ਦੇਖਿਆ ਹੈ ਜੋ ਇੱਕੋ ਬਾਰ ਦੇ ਵਿੱਚ ਪੂਰੇ ਦੇ ਪੂਰੇ ਪਰਿਵਾਰ ਨੂੰ ਹੀ ਖਾ ਜਾਵੇ? ਇਕੱਲੇ ਪਰਿਵਾਰ ਦੇ ਬੰਦੇ ਹੀ ਨਹੀਂ, ਸਗੋਂ ਉਹਨਾਂ ਦਾ ਘਰ, ਜ਼ਮੀਨ, ਜਾਇਦਾਦ ਹੌਲੀ ਹੌਲੀ ਕਰਕੇ ਉੱਥੇ ਪਏ ਕਰੋੜਾਂ ਰੁਪਏ ਵੀ ਖਾ ਜਾਵੇ। ਕਿ ਅਜਿਹਾ ਸਭ ਤੁਸੀਂ ਕਦੀ ਦੇਖਿਆ ਹੈ? ਅਜਿਹਾ ਸਭ ਕੁਛ ਹੋਰ ਕਿਤੇ ਨਹੀਂ, ਤੁਹਾਡੇ ਪੰਜਾਬ ਦੇ ਵਿੱਚ ਹੀ ਹੋ ਗਿਆ। ਇਸ ਸਭ ਨੇ ਹੌਲੀ ਹੌਲੀ ਕਰਕੇ ਖੁਸ਼ੀ ਦੇ ਨਾਲ ਹੱਸਦਾ ਹੋਇਆ ਪਰਿਵਾਰ ਹੀ ਖਾ ਲਿਆ। ਅੱਜ ਅਸੀਂ ਜਿਸ ਗੱਲ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਤੋਂ ਸੁਣ ਕੇ ਤੁਹਾਡੀ ਵੀ ਇੱਕ ਵਾਰ ਰੂਹ ਕੰਬ ਜਾਵੇਗੀ। ਪਰਮਾਤਮਾ ਦੇ ਖੇਲ ਤਮਾਸ਼ੇ ਦੇਖ ਕੇ ਅੰਦਰ ਤੱਕ ਡਰ ਕੇ ਬੈਠ ਜਾਓਗੇ ਤੇ ਹਰ ਵਕਤ ਪਰਮਾਤਮਾ ਨੂੰ ਹੀ ਯਾਦ ਰੱਖੋਗੇ। ਇਹ ਗੱਲ ਹੈ ਅਜਨਾਲਾ ਦੇ ਨਾਲ ਲੱਗਦੇ ਇੱਕ ਪਿੰਡ ਦੀ, ਜਿੱਥੇ ਪਿਛਲੇ 3 ਸਾਲਾਂ ਤੋਂ ਇੱਕ 32 ਸਾਲਾ ਨੌਜਵਾਨ ਮੰਜੇ ਦੇ ਉੱਤੇ ਲਾਸ਼ ਦੀ ਤਰ੍ਹਾਂ ਪਿਆ ਹੋਇਆ ਅਤੇ ਇੱਕ ਲਾਸ਼ ਦੀ ਤਰ੍ਹਾਂ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ। ਉਸ ਨੌਜਵਾਨ ਦਾ ਨਾਮ ਹੈ ਸੁਖਪ੍ਰੀਤ ਸਿੰਘ। ਇੱਕ ਬੜੀ ਹੀ ਅਜੀਬ ਤੇ ਬੜੀ ਹੀ ਦੁਖਦਾਇਕ ਹਾਲਤ ਦੇ ਵਿੱਚ ਪਿਆ ਹੋਇਆ ਹੈ। ਸੁਖਪ੍ਰੀਤ ਸਿੰਘ ਇੱਕ ਜ਼ਿੰਦਾ ਲਾਸ਼ ਬਣ ਚੁੱਕਿਆ ਹੈ। ਸਾਰਾ ਸਰੀਰ ਇੱਕਦਮ ਡੈਡ ਹੈ ਅਤੇ ਨੱਕ ਮੂੰਹ ਦੇ ਵਿੱਚ ਪਾਈਪਾਂ ਲਗਾਈਆਂ ਹੋਈਆਂ ਨੇ, ਜਿਨ੍ਹਾਂ ਦੇ ਰਾਹੀਂ ਦਿਨ ਵਿੱਚ ਥੋੜ੍ਹਾ ਬਹੁਤ ਪਾਣੀ ਜਾਂ ਫਿਰ ਹੋਰ ਕੁਝ ਖਾ ਲੈਂਦਾ ਹੈ। ਅੱਖਾਂ ਖੁੱਲੀਆਂ ਨੇ ਪਰ ਸਰੀਰ ਹਿਲਡੁਲ ਨਹੀਂ ਸਕਦਾ। ਇੱਕ ਤਰ੍ਹਾਂ ਕੌਮਾ ਦੀ ਹਾਲਤ ਹੈ। ਅਜਿਹੀ ਹਾਲਤ ਦੇ ਵਿੱਚ ਸੁਖਪ੍ਰੀਤ ਸਿੰਘ ਕਿਵੇਂ ਪਹੁੰਚਿਆ ਤੇ ਕਿਉਂ ਪਹੁੰਚਿਆ, ਕੀ ਕਾਰਨ ਹੈ ਇਸਦੀ ਹਾਲਤ ਦਾ, ਇਸ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੇ ਅੰਦਰ ਤੱਕ ਕੰਬ ਜਾਵੋਗੇ। ਇਸ ਦੀ ਇਸ ਹਾਲਤ ਦੇ ਪਿੱਛੇ ਖਤਰਨਾਕ ਸੱਪ ਹੈ। ਸਿਰਫ ਇੱਕ ਡੰਗ ਨੇ 5 ਜ਼ਿੰਦਗੀਆਂ ਖਰਾਬ ਕਰਕੇ ਰੱਖ ਦਿੱਤੀਆਂ। ਸਿਰਫ ਇੱਕ ਡੰਗ ਨੇ ਕਰੋੜਾਂ ਰੁਪਏ ਸਵਾਹ ਕਰ ਦਿੱਤੇ। ਹੁਣ ਪਰਿਵਾਰ ਦੇ ਪੱਲੇ ਸਿਰਫ ਹੰਝੂ ਹੀ ਬਚੇ ਨੇ। ਬੜੀ ਦੁਖੀ ਹਿਰਦੇ ਨਾਲ ਸੁਖਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਅੱਜ ਤੋਂ 3 ਸਾਲ ਪਹਿਲਾਂ ਉਸਦੇ ਲੜਕੇ ਨੂੰ ਇੱਕ ਸੱਪ ਨੇ ਘਰ ਦੇ ਵਿੱਚ ਹੀ ਡੰਗ ਮਾਰ ਦਿੱਤਾ। ਕੁਝ ਸਮਾਂ ਇਲਾਜ ਤੋਂ ਬਾਅਦ ਤਾਂ ਠੀਕ ਰਿਹਾ ਪਰ ਅੰਦਰ ਹੀ ਅੰਦਰ ਕੁਝ ਚੱਲ ਰਿਹਾ ਸੀ ਜਿਸ ਗੱਲ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਦੇਖਦਿਆਂ ਹੀ ਦੇਖਦਿਆਂ ਸੁਖਪ੍ਰੀਤ ਸਿੰਘ ਦੇ ਨਾਲ ਕੁਝ ਅਜਿਹਾ ਹੋ ਗਿਆ ਜਿਸ ਦਾ ਪਤਾ ਪਰਿਵਾਰ ਨੂੰ ਵੀ ਨਾ ਲੱਗਿਆ ਅਤੇ ਜਦੋਂ ਪਤਾ ਲੱਗਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੱਪ ਦੇ ਡੰਗਣ ਤੋਂ ਬਾਅਦ ਉਸਦਾ ਇਲਾਜ ਤਾਂ ਚੱਲਿਆ ਪਰ ਉਸਨੂੰ ਪੂਰੀ ਤਰ੍ਹਾਂ ਠੀਕ ਨਾ ਕਰ ਪਾਇਆ। ਪਹਿਲਾਂ ਪਹਿਲ ਤਾਂ ਚੱਲ ਫਿਰ ਸਕਦਾ ਸੀ ਪਰ ਸੱਪ ਦਾ ਜ਼ਹਿਰ ਬਹੁਤ ਜ਼ਿਆਦਾ ਭਿਆਨਕ ਸੀ। ਇੰਨਾ ਜ਼ਿਆਦਾ ਭਿਆਨਕ ਕਿ ਉਸਨੇ ਹੌਲੀ ਹੌਲੀ ਸਰੀਰ ਦੇ ਉੱਤੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਸਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਹਿਲਾਂ ਤਾਂ ਉਹ ਖੁਦ ਆਪਣੇ ਪੈਸਿਆਂ ਦੇ ਉੱਤੇ ਆਪਣਾ ਇਲਾਜ ਕਰਾਉਂਦਾ ਸੀ ਪਰ ਸੱਪ ਦਾ ਜ਼ਹਿਰ ਉਸਦੇ ਦਿਮਾਗ 'ਤੇ ਹਾਵੀ ਹੋ ਗਿਆ ਜਿਸ ਦੇ ਨਾਲ ਉਸਦੇ ਦਿਮਾਗ ਤੋਂ ਉਸਦੇ ਸਰੀਰ ਦਾ ਕੰਟਰੋਲ ਖਤਮ ਹੋ ਗਿਆ ਅਤੇ ਉਹ ਇਸ ਕੋਮਾ ਵਾਲੀ ਹਾਲਤ ਦੇ ਵਿੱਚ ਪਹੁੰਚ ਗਿਆ। ਇੱਕ ਅਜਿਹੀ ਹਾਲਤ ਜਿਸ ਨੂੰ ਦੇਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਸਦੇ ਇਲਾਜ ਦੇ ਵਿੱਚ ਉਹਨਾਂ ਦੀ ਸਾਰੀ ਪੂੰਜੀ ਖਤਮ ਹੋ ਚੁੱਕੀ ਹੈ। ਉਹਨਾਂ ਦੀਆਂ ਸਾਰੀਆਂ ਜ਼ਮੀਨਾਂ ਜਾਇਦਾਦਾਂ ਵਿਕ ਚੁੱਕੀਆਂ ਨੇ ਅਤੇ ਕਰੋੜਾਂ ਰੁਪਏ ਲਗਾਉਣ ਤੋਂ ਬਾਅਦ ਵੀ ਉਸਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ। ਦੱਸ ਦਈਏ ਕਿ ਸੁਖਪ੍ਰੀਤ ਸਿੰਘ ਦੇ ਪਰਿਵਾਰ ਦੇ ਵਿੱਚ ਉਸਦੀ ਮਾਤਾ, ਉਸਦੀ ਘਰਵਾਲੀ, 2 ਬੱਚੇ ਨੇ ਜੋ ਕਿ ਹੁਣ ਬਹੁਤ ਹੀ ਮੁਸ਼ਕਿਲ ਦੇ ਨਾਲ ਘਰ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ। ਇੰਨੀ ਮਾੜੀ ਹਾਲਤ ਅਤੇ ਉੱਪਰੋਂ ਘਰ ਦੀ ਦਸ਼ਾ ਵੀ ਬਹੁਤ ਮਾੜੀ ਹੋ ਚੁੱਕੀ ਹੈ। ਮੁਸ਼ਕਿਲ ਦੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਪਰ ਜਦੋਂ ਉਹਨਾਂ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਸਦੀ ਮਾਤਾ ਕੋਲੋਂ ਗੱਲ ਤੱਕ ਨਹੀਂ ਹੋ ਰਹੀ ਸੀ। ਬਸ ਉਸਦੀ ਮਾਤਾ ਹੰਝੂ ਹੀ ਗੇਰ ਰਹੀ ਸੀ। ਜਿਸਦਾ ਨੌਜਵਾਨ ਪੁੱਤਰ ਇਸ ਤਰ੍ਹਾਂ ਲਾਸ਼ ਬਣ ਕੇ ਉਸਦੇ ਸਾਹਮਣੇ ਪਿਆ ਹੋਵੇ, ਉਹ ਵੀ ਉਹ ਪੁੱਤਰ ਜੋ ਕਿਸੇ ਸਮੇਂ ਦੇ ਵਿੱਚ ਇਸੇ ਵੇਲੇ ਵਿੱਚ ਉਸਦੇ ਸਾਹਮਣੇ ਖੇਡਿਆ ਹੋਵੇ, ਉਸਦੀ ਹਾਲਤ ਦੇਖ ਕੇ ਉਸਦੀਆਂ ਅੱਖਾਂ ਸੁੱਕੀਆਂ ਕਿਵੇਂ ਰਹਿ ਸਕਦੀਆਂ ਨੇ? ਦੱਸਿਆ ਜਾਂਦਾ ਹੈ ਕਿ ਘਰ ਦੇ ਵਿੱਚ ਕੋਈ ਵੀ ਹੋਰ ਕਮਾਈ ਦਾ ਸਾਧਨ ਨਹੀਂ ਹੈ। ਸੁਖਪ੍ਰੀਤ ਦੀ ਘਰਵਾਲੀ ਦੇ ਪੇਕੇ ਹੀ ਸਾਰਾ ਖਰਚਾ ਪਾਣੀ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਆਪਣਾ ਤਾਂ ਸਭ ਕੁਝ ਮੁੱਕ ਚੁੱਕਿਆ। ਬਾਕੀ ਰਹੀ ਗੱਲ ਸੁਖਪ੍ਰੀਤ ਦੇ ਇਲਾਜ ਦੀ ਤਾਂ ਇੱਕ NGO ਨੇ ਉਸਦੇ ਪਰਿਵਾਰ ਦੀ ਬਾਂਹ ਫੜੀ ਹੈ ਜੋ ਕਿ ਇਸਦਾ ਸਾਰਾ ਖਿਆਲ ਰੱਖਦੀ ਹੈ ਪਰ ਉਹ ਕਾਫੀ ਨਹੀਂ ਹੈ ਕਿਉਂਕਿ ਜੋ ਹਾਲਾਤ ਸੁਖਪ੍ਰੀਤ ਦੇ ਨੇ ਉਸਨੂੰ ਬਹੁਤ ਵੱਡੀ ਮਦਦ ਦੀ ਲੋੜ ਹੈ। ਸੋ ਕਿਵੇਂ ਇੱਕ ਡੰਗ ਨੇ ਕਰੋੜਾਂ ਰੁਪਏ ਨੂੰ ਪਲ ਦੇ ਵਿੱਚ ਖਤਮ ਕਰ ਦਿੱਤਾ? ਇੱਕ ਸੱਪ ਜੋ ਡੰਗ ਮਾਰ ਕੇ ਤਾਂ ਚਲਾ ਗਿਆ ਪਰ ਉਸਨੇ ਪਿੱਛੇ 5 ਜ਼ਿੰਦਗੀਆਂ ਹਮੇਸ਼ਾ ਦੇ ਲਈ ਖਰਾਬ ਕਰ ਦਿੱਤੀਆਂ। ਇੱਕ ਸੱਪ ਜਿਸਨੇ ਕਿੱਲਿਆਂ ਦੇ ਕਿੱਲੇ ਖੇਤ ਖਾ ਲਏ ਅਤੇ ਛੋਟੀ ਛੋਟੀ ਜ਼ਿੰਦਗੀਆਂ ਦੇ ਵਿੱਚ ਜ਼ਹਿਰ ਘੋਲ ਕੇ ਰੱਖ ਦਿੱਤਾ।
ਸਭ ਹੈ ਤਾਂ ਕੁਦਰਤ ਦਾ ਜੀਵ, ਪਰ ਉਸ ਕੁਦਰਤ ਨੇ ਕਿੰਨਾ ਕਰਮਾਂ ਦਾ ਬਦਲਾ ਲਿਆ ਇਸ ਪਰਿਵਾਰ ਦੇ ਕੋਲੋਂ, ਇਹ ਤਾਂ ਉਹ ਪਰਮਾਤਮਾ ਹੀ ਜਾਣਦਾ ਹੈ। ਸੋ ਪਰਮਾਤਮਾ ਤੋਂ ਡਰ ਕੇ ਚੱਲਣਾ ਹੀ ਸਮਝਦਾਰੀ ਹੈ। ਉਸਦੀ ਇਜਾਜ਼ਤ ਤੋਂ ਬਿਨਾਂ ਤਾਂ ਇੱਕ ਪੱਤਾ ਤੱਕ ਨਹੀਂ ਹਿਲਦਾ। ਇਸ ਪਰਿਵਾਰ ਨੂੰ ਲੋੜ ਹੈ ਤੁਹਾਡੀ ਮਦਦ ਦੀ, ਕਿਉਂਕਿ ਅਸਲ ਸੇਵਾ ਤਾਂ ਇਸੇ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੇ ਵਿੱਚ ਹੈ। ਇੱਥੇ ਹੀ ਤੁਹਾਡੇ ਕੱਢੇ ਦਸਵੰਡ ਦਾ ਅਸਲ ਮਤਲਬ ਨਿਕਲ ਕੇ ਸਾਹਮਣੇ ਆਉਂਦਾ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ।